ਜੈ ਭੀਮ, ਜੈ ਭਾਰਤ। ਮੈਂ ਤੁਹਾਡਾ ਆਪਣਾ ਰਕੇਸ਼ ਕੁਮਾਰ ਸ਼ਮੀ, ਅੰਬੇਡਕਰ ਮਿਸ਼ਨ ਨਿਊਜ਼ ਚੈਨਲ ਔਰ ਪ੍ਰੈਸ ਮੀਡੀਆ ਵੱਲੋਂ ਡਾਕਟਰ ਬੀ ਆਰ ਅੰਬੇਡਕਰ ਲੋਕ ਭਲਾਈ ਸੰਸਥਾ ਜੋ ਕਿ ਚੌਥਾ ਅੱਖਾਂ ਦਾ ਵਿਸ਼ਾਲ ਕੈਂਪ ਲਗਵਾਉਣ ਜਾ ਰਹੀ ਹੈ। ਆਓ ਆਪਾਂ ਪ੍ਰਬੰਧਕ ਕਮੇਟੀ ਦੇ ਨਾਲ ਗੱਲ ਕਰਦੇ ਹਾਂ ਕਿ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹਨ। ਹਾਂਜੀ ਸਰ, ਕੀ ਨਾਮ ਹੈ ਜੀ ਆਪਣਾ? ਬਲਵਿੰਦਰ ਕੁਮਾਰ ਜੀ। ਬਲਵਿੰਦਰ ਜੀ, ਜਿਹੜਾ ਇਹ ਤੁਸੀਂ ਕੈਂਪ ਕਰਵਾ ਰਹੇ ਹੋ, ਚੌਥਾ ਕੈਂਪ ਲੱਗ ਰਿਹਾ ਜੀ? ਹਾਂਜੀ। ਓਕੇ, ਤੇ ਇਹਦੇ ਵਿੱਚ ਕੀ ਕੀ ਫੈਸਿਲਿਟੀਆਂ ਜਿਹੜੀਆਂ ਹੈਗੀਆਂ ਪੇਸ਼ੈਂਟ ਨੂੰ ਦਿੱਤੀਆਂ ਜਾਂਦੀਆਂ? ਇਹ ਅੱਖਾਂ ਦਾ ਤੇ ਸ਼ੂਗਰ ਦਾ ਅਸੀਂ ਇਸ ਵਾਰੀ ਕੈਂਪ, ਪਹਿਲਾਂ ਅਸੀਂ ਤਿੰਨ ਕੈਂਪ ਜਿਹੜੇ ਲਗਵਾਏ ਆ ਉਹ ਅੱਖਾਂ ਦਾ ਕੈਂਪ ਲਗਵਾਇਆ ਸੀਗਾ, ਉਸ ਤੋਂ ਬਾਅਦ ਅਸੀਂ ਹੁਣ ਇਹ ਜਿਹੜਾ ਚੌਥਾ ਕੈਂਪ ਲਗਾ ਰਹੇ ਹਾਂ, ਇਹ ਅੱਖਾਂ ਪਲੱਸ ਸ਼ੂਗਰ ਦਾ ਕੈਂਪ ਲਗਾ ਰਹੇ ਹਾਂ, ਜਿਹਦੇ ਵਿੱਚ ਮੈਡੀਸਨ ਔਰ ਚਸ਼ਮੇ ਫ੍ਰੀ ਦਿੱਤੇ ਜਾਊਗੇ ਸਾਰੇ ਪੇਸ਼ੈਂਟਾਂ ਨੂੰ, ਜਿੰਨੇ ਵੀ ਮਤਲਬ ਡਾਕਟਰ ਸਾਹਿਬ ਰੈਫਰ ਕਰੂਗੇ ਸਾਰਿਆਂ ਨੂੰ ਫ੍ਰੀ ਚਸ਼ਮੇ ਦਿੱਤੇ ਜਾਊਗੇ ਔਰ ਮੈਡੀਸਨ ਦਿੱਤੀ ਜਾਊਗੀ ਔਰ ਸ਼ਾਗਰ ਨਾਲ ਦੀ ਨਾਲ ਸ਼ੂਗਰ ਫ੍ਰੀ ਚੈੱਕਅਪ ਕੀਤੀ ਜਾਊਗੀ। ਜਿਹੜੇ ਪੇਸ਼ੈਂਟ ਜਿਨ੍ਹਾਂ ਦੇ ਆਪਰੇਸ਼ਨ ਵਗੈਰਾ ਹੁੰਦੇ ਆ, ਉਹਦੇ ਲਈ ਤੁਸੀਂ ਕੀ ਫੈਸਿਲਿਟੀ ਦਿੰਦੇ ਹੋ? ਆਪਰੇਸ਼ਨਾਂ ਬਾਰੇ ਹਾਲੇ ਤੱਕ ਸਾਡਾ ਕੋਈ ਇਰਾਦਾ ਨਹੀਂ ਹੈਗਾ ਕਰਵਾਉਣ ਦਾ, ਕਿਉਂਕਿ ਆਪਰੇਸ਼ਨ ਜਿਹੜੇ ਕਰਵਾਉਂਦੇ ਆ ਡਾਕਟਰ ਨਹੀਂ ਮਾੜੇ ਹੁੰਦੇ ਕਦੀ ਵੀ, ਉਹ ਕਦੀ ਕਦੀ ਪੇਸ਼ੈਂਟਾਂ ਤੋਂ ਵੀ ਕੋਈ ਲਾਪਰਵਾਹੀ ਹੋ ਜਾਂਦੀ ਆ, ਉਹਦੇ ਨਾਲ ਉਹ ਸਾਰੀ ਕਮੇਟੀਆਂ ਨੂੰ ਭੁਗਤਣਾ ਪੈ ਜਾਂਦਾ। ਅਸੀਂ ਸਾਰਿਆਂ ਨੂੰ ਪੇਸ਼ੈਂਟਾਂ ਨੂੰ ਸਲਾਹ ਇਹੀ ਦੇਵਾਂਗੇ ਕਿ ਡਾਕਟਰ ਦੀ ਸਲਾਹ ਤੋਂ ਬਿਨਾਂ ਕੁਛ ਨਹੀਂ ਕਰਨਾ ਚਾਹੀਦਾ। ਅਗਰ ਡਾਕਟਰ ਸਾਹਿਬ ਆਪਰੇਸ਼ਨ ਵਾਸਤੇ ਕੋਈ ਉਹਨਾਂ ਨੂੰ ਗਾਈਡ ਵੀ ਕਰਦੇ ਆ ਤਾਂ ਉਹਨਾਂ ਨੂੰ ਹਸਪੀਟਲ ਦੇ ਵਿੱਚ ਹੀ ਜਾ ਕੇ ਆਪਰੇਸ਼ਨ ਕਰਵਾਉਣਾ ਚਾਹੀਦਾ। ਜਿਸ ਤਰ੍ਹਾਂ ਤੁਸੀਂ ਬਾਬਾ ਸਾਹਿਬ ਦੇ ਨਾਮ ਤੇ ਇਹ ਸੰਸਥਾ ਦਾ ਨਾਮ ਰੱਖਿਆ ਹੋਇਆ, ਇਹਦੇ ਵਿੱਚ ਤੁਹਾਨੂੰ ਮਤਲਬ ਜਿਹੜੀ ਕੋਈ ਪੋਲੀਟੀਕਲ ਪਾਰਟੀਆਂ ਜਿਹੜੀਆਂ ਹੈਗੀਆਂ ਸਪੋਰਟ ਕਰਦੀਆਂ ਜਾਂ ਤੁਹਾਡੀ ਆਪਦੀ ਸੰਸਥਾ ਜਾਂ ਕੋਈ ਹੋਰ ਤੁਹਾਨੂੰ ਸਪੋਰਟ ਕਰਦਾ ਜੀ? ਨਹੀਂ, ਇਹ ਤਾਂ ਸਾਨੂੰ ਪੋਲੀਟੀਕਲ ਪਾਰਟੀਆਂ ਦਾ ਕੋਈ ਸਾਨੂੰ ਸਹਿਯੋਗ ਨਹੀਂ ਕਰਦੀਆਂ ਹੈਗੀਆਂ ਔਰ ਸੰਸਥਾਵਾਂ ਸਾਨੂੰ ਬਿਲਕੁਲ ਸਹਿਯੋਗ ਕਰਦੀਆਂ। ਉਹਦੇ ਨਾਲ ਹੀ ਮੈਂ ਇੱਕ ਗੱਲ ਮੀਡੀਆ ਸਾਹਮਣੇ ਅੱਜ ਕਲੀਅਰ ਕਰ ਦੇਣਾ ਚਾਹੁੰਦਾ ਹਾਂ ਕਿ ਕੁਝ ਲੋਕੀ ਧਾਰਮਿਕ ਸਟੇਜਾਂ ਤੇ ਖੜ ਕੇ ਪੋਲੀਟੀਕਲ ਮਤਲਬ ਮੈਟਰ ਰੱਖ ਦਿੰਦੀਆਂ, ਇਹ ਸਾਡਾ ਇਸ ਸਟੇਜ ਤੇ ਖੜ ਕੇ ਕੋਈ ਵੀ ਸਾਡਾ ਇਰਾਦਾ ਨਹੀਂ ਹੈਗਾ ਕਿ ਤੁਸੀਂ ਇਸ ਪਾਰਟੀ ਨੂੰ ਵੋਟ ਪਾਓ ਜਾਂ ਉਸ ਪਾਰਟੀ ਨੂੰ ਵੋਟ ਪਾਓ। ਅਸੀਂ ਇਸ ਸਟੇਜ ਤੇ ਤਾਂ ਕੰਮ ਇਹੀ ਕਰਾਂਗੇ, ਜੋ ਅਸੀਂ ਸੰਸਥਾ ਦਾ ਨਾਮ ਰੱਖਿਆ ਨਾ ਡਾਕਟਰ ਬੀ ਆਰ ਅੰਬੇਦਕਰ ਲੋਕ ਭਲਾਈ ਸੰਸਥਾ, ਤਾਂ ਅਸੀਂ ਲੋਕ ਭਲਾਈ ਦਾ ਕੰਮ ਹੀ ਕਰਾਂਗੇ, ਇਹਦੇ ਵਿੱਚ ਵੋਟਾਂ ਦੀ ਕੋਈ ਵੀ ਰਾਜਨੀਤੀ ਨਹੀਂ ਕਰਾਂਗੇ ਅਸੀਂ। ਔਰ ਨਾ ਹੀ ਸਾਡੇ ਕੋਲ ਜਿੰਨੇ ਵੀ ਕੋਈ ਲੀਡਰ ਆਊਗਾ, ਉਹ ਕੋਈ ਵੀ ਲੀਡਰ ਇਹ ਨਹੀਂ ਕਹੂਗਾ ਕਿ ਤੁਸੀਂ ਇਸ ਪਾਰਟੀ ਨੂੰ ਵੋਟ ਪਾਓ ਜਾਂ ਉਸ ਪਾਰਟੀ ਨੂੰ ਵੋਟ ਪਾਓ। ਸਾਡੇ ਕੋਲ ਹਰੇਕ ਪਾਰਟੀ ਦਾ ਲੀਡਰ ਆਉਂਦਾ, ਕਾਂਗਰਸ ਪਾਰਟੀ ਦਾ ਵੀ ਆਉਂਦਾ, ਆਮ ਆਦਮੀ ਪਾਰਟੀ ਦਾ ਵੀ ਆਉਂਦਾ ਔਰ ਲੋਕ ਭਲਾਈ ਪਾਰਟੀ ਵਾਲਿਆਂ ਦੇ ਵੀ ਮੈਂਬਰ ਆਉਂਦੇ ਆ ਔਰ ਨਾਲ ਦੀ ਨਾਲ ਅਕਾਲੀ ਦਲ ਵਾਲਿਆਂ ਦੇ ਬੰਦੇ ਵੀ ਆਉਂਦੇ ਆ, ਬਹੁਜਨ ਸਮਾਜ ਪਾਰਟੀ ਵਾਲਿਆਂ ਦੇ ਵੀ ਬੰਦੇ ਆਉਂਦੇ ਆ। ਕੋਈ ਵੀ ਸਾਡੇ ਕੋਲੋਂ ਲੀਡਰ ਆ ਕੇ ਇਹ ਨਹੀਂ ਕਹੂਗਾ ਕਿ ਤੁਸੀਂ ਇਸ ਪਾਰਟੀ ਨੂੰ ਵੋਟ ਪਾਓ। ਮੈਂ ਨਾਲ ਦੀ ਨਾਲ ਇਹੀ ਕਹਿਣਾ ਚਾਹੁੰਦਾ ਕਿ ਇਹ ਜਿਹੜੀ ਸਟੇਜ ਹੈ ਇਹ ਇੱਕ ਲੋਕ ਭਲਾਈ ਸਟੇਜ ਆ, ਇਹ ਕੋਈ ਪੋਲੀਟੀਕਲ ਸਟੇਜ ਨਹੀਂ ਹੈਗੀ। ਜਿਸ ਦਿਨ ਅਸੀਂ ਪੋਲੀਟੀਕਲ ਸਟੇਜ ਤੇ ਜਾ ਕੇ ਕਿਸ ਦਿਨ ਖੜਾਂਗੇ, ਉਸ ਦਿਨ ਅਸੀਂ ਦੱਸਾਂਗੇ ਕਿ ਕਿਹੜੀ ਪਾਰਟੀ ਨੂੰ ਵੋਟ ਪਾਣੀ ਹੈ, ਕਿਹੜੀ ਨਹੀਂ ਪਾਣੀ। ਅੱਜ ਜਿਸ ਸਟੇਜ ਤੇ ਖੜੇ ਆ ਉਸ ਸਟੇਜ ਤੇ ਖੜ ਕੇ ਅਸੀਂ ਇਹੀ ਕਹਾਂਗੇ ਕਿ ਸਾਡੇ ਨਾਲ ਜੁੜੋ ਔਰ ਜੋ ਅਸੀਂ ਸੇਵਾ ਭਾਵਨਾ ਲੈ ਕੇ ਚੱਲੇ ਹਾਂ ਇਹਦੇ ਨਾਲ ਸਾਰੇ ਚੱਲਣ ਸਾਡੇ ਨਾਲ। ਜਿੱਦਾਂ ਸਾਡਾ ਅੰਬੇਡਕਰ ਮਿਸ਼ਨ ਨਿਊਜ਼ ਚੈਨਲ ਹੈ ਜੀ, ਅਸੀਂ ਬਾਬਾ ਸਾਹਿਬ ਦੇ ਨਾਮ ਤੇ ਚੈਨਲ ਜਿਹੜਾ ਹੈਗਾ ਬਣਾਇਆ, ਅਸੀਂ ਵੀ ਇੱਕ ਹੈਲਪ ਕਰਦੇ ਹਾਂ ਔਰ ਹਿੰਮਤ ਰੱਖਦੇ ਹਾਂ ਅਸੀਂ ਸੱਚ ਦਿਖਾਉਣ ਦੀ, ਤੇ ਇਹ ਸਾਡੇ ਚੈਨਲ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਚੈਨਲ ਮੈਂ ਬਹੁਤ ਵਾਰੀ ਤੁਹਾਡਾ ਯੂਟਿਊਬ ਤੇ ਦੇਖਿਆ, ਬਹੁਤ ਸੱਚਾਈ ਵਾਲੀਆਂ ਗੱਲਾਂ ਦੱਸੀਆਂ ਗਈਆਂ ਉਹਦੇ ਵਿੱਚ, ਜਿਹੜੀਆਂ ਕਿ ਕੁਝ ਚੈਨਲ ਵਾਲੇ ਉਹਨੂੰ ਵਿੱਚੋਂ ਕੱਟ ਆਫ ਕਰ ਦਿੰਦੇ ਆ। ਇਹਦੇ ਵਿੱਚ ਚੈਨਲ ਦੇ ਵਿੱਚ ਮੈਂ ਦੇਖਿਆ ਕਿ ਬਹੁਤ ਹੀ ਵਧੀਆ ਤੁਸੀਂ ਚੀਜ਼ਾਂ ਦਿਖਾਉਂਦੇ ਆ, ਕਦੀ ਵੀ ਕੋਈ ਉਹਦੇ 'ਚ ਕੱਟ ਆਫ ਨਹੀਂ ਕੀਤਾ ਗਿਆ। ਮੈਂ ਚੈਨਲ ਨੂੰ ਇਹੀ ਕਹਿਣਾ ਚਾਹੁੰਦਾ ਕਿ ਇਸ ਤਰ੍ਹਾਂ ਹੀ ਸੱਚਾਈ ਦਿਖਾਉਂਦੇ ਜਾਓ ਤੇ ਤੁਹਾਡਾ ਜਿਹੜਾ ਚੈਨਲ ਆ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰੇ।